Thank you.
Ah, tem água aqui, Uga. Água. ਕਰੀ ਕੋਲ ਨਾਲ ਜੀ ਉਹ ਮਾੜਾ ਫੋਟੋ ਕਰੀ ਕਿਨਾਂ ਦੀ ਵੱਡੀ ਜੋੜ ਵੀ ਤੂੰ ਬਰਾਬਰ ਏ ਏ ਟੂ ਪਲੱਸ ਅਸੀਂ ਤਤਸਮਿਤ ਨੂੰ ਇੱਕ ਵਾਰ ਕਰਾਂਗੇ ਮਲਟੀਪਲਾਈ ਕਰੋਗੇ ਫਰਕ ਦਾ ਫਰਕ ਨਾਲ ਪੁੱਜਾ ਤਾਂ ਇਹਦਾ ਆਈ ਖੇਤਰਫਲ ਟੋਟਲ ਖੇਤਰਫਲ ਕਰਨਾ ਪਏਗਾ ਜੋੜ ਠੀਕ ਹੈ ਜੀ 360 180 ਦੇ ਮੁੰਡੇ ਇਹਨਾਂ ਤਿੰਨਾਂ ਦਾ ਜੋੜ ਹੀ ਘੁੰਮਣ ਦੇ ਜੀ ਇਹਨਾਂ ਦੋਹਾਂ ਦਾ ਜੀ ਬਾਹਰ ਨਹੀਂ ਘੁੰਮਣ ਦਾ ਜੋੜ ਹੋਊਗਾ ਜੀ ਜਿਹੜਾ ਇਹਦੇ ਬਰਾਬਰ ਹੋਊਗਾ ਜੀ ਅੰਦਰੂਨੀ ਦੇ ਜਿਹੜੇ ਸਾਨੂੰ ਕੋਲ ਹੁੰਦੇ ਨੇ ਬਾਹਰੀ ਕੋਲ ਦੇ ਜੋੜਦੇ ਬਰਾਬਰ ਦੇ ਇਹਨਾਂ ਦਾ ਤਿੰਨਾਂ ਦਾ ਕਿੰਨਾ ਹੋਊ ਤਿੰਨਾਂ ਦਾ ਕਿੰਨਾ ਬਣ ਜੂਗਾ ਆਹਾਂ ਪਹਿਲਾਂ ਦੇਖੋ
ਹੁੰਦਾ ਵਾਪਸ ਵੀ ਨਹੀਂ ਹੁੰਦੇ ਨੇ ਜਿਵੇਂ ਕਿ ਇਸ ਚਿੱਤਰ ਵਿੱਚ ਆਈ ਵਰਗ ਹੈ ਇਹ ਵਰਗ ਇੱਕ ਦੂਸਰੇ ਨੂੰ ਢੱਕ ਕੇ ਇੱਕ ਦੂਸਰੇ ਦੇ ਸੰਬੰਧ ਸਨ ਹੋ ਸਕਣ ਉਹ ਹੈ ਹੈ ਇਹ ਕੌਣ ਹੈ ਚਲੋ ਅੱਜ ਉੱਧਰ ਨਿਬੇੜ ਲੈਂਦੇ ਕੁੜੀਆਂ ਠੀਕ ਹੈ ਠੀਕ ਹੈ ਦੋ ਤਿੰਨ ਦਿਨਾਂ ਦਾ ਕਹਿੰਦੇ ਦਰਦ ਹੋਈ ਜਾਂਦਾ ਸੀ ਲੱਤ 'ਚ ਵਰਗਾਂ ਦਾ ਜੋੜ ਹੌਲੀ ਹੌਲੀ ਠੀਕ ਹੈ 16 ਤੇ 9 ਦਾ ਇਹ 10ਵੀਂ ਹੋਊ ਜੀ 10ਵੀਂ ਵੀ ਵਾਲੇ ਰਵਿੰਦਰ ਮੈਡਮ ਹੈ ਇਹ ਪਹਿਲਾਂ ਤਿੰਨ ਦਾ ਵਰਗ ਪਿੰਨ ਸੀਗੀ ਮਤਲਬ ਕਿ ਸਾਰੇ ਏਰੀਆ ਸੇਮ ਰਹਿ ਗਿਆ ਲੱਗਿਆ ਨਹੀਂ ਪਤਾ ਅੱਧੇ ਚੱਕਰ ਦਾ ਮਤਲਬ
ਕਿਰਨ ਦੇਖੋ ਕਿਰਨ ਦਾ ਸੁੱਤਰ ਹੈ ਉਹ ਸਮਕੋਣ ਦੇ ਕੋਲ ਦਾ ਖੇਤਰਫਲ ਕੱਢਦੇ ਆ ਇਹ ਕੱਢਦੇ ਜਿਹੜੀ ਸਮਕੋਣ ਤੇ ਕੋਲ ਨਹੀਂ ਜਿਹੜੀ ਉਹ ਜਾਂ ਬਰਾਬਰ ਨਹੀਂ ਜਾਂ ਵੱਖਰੇ ਦਿੱਤੇ ਹੋਏ ਹੁੰਦੇ ਆ ਜੀ ਹੈ ਇਹ ਐਸ ਕੀ ਆ ਸਾਰਾ ਟੋਟਲ ਜੋੜ ਕਰਿਆ ਫਿਰ ਆਹ ਮਤਲਬ ਕਿ ਟੋਟਲ ਨੂੰ ਪਹਿਲੀ ਪੂਜਾ ਘਟਾ ਲਓ ਫਿਰ ਦੂਜੀ ਘਟਾ ਲਓ ਫਿਰ ਤੀਜੀ ਘਟਾ ਲਓ ਇਹਨਾਂ ਦਾ ਵਰਕ ਮੂਲ ਜਿਹੜੀ ਲਾਈਨ ਆ ਨਾ ਪਾਈ ਇਹ ਸਾਡੇ ਬੱਚਿਆਂ ਦੀ ਗਿਣਤੀ ਦੱਸਦੀ ਆ ਸਾਲ ਦੀ ਗਿਣਤੀ ਠੀਕ ਹੈ ਜੇ ਸਾਡੇ ਗ੍ਰਾਫ ਨੂੰ ਕਹਿੰਦੇ ਵੀ ਸਾਲ ਦੇ ਹਿਸਾਬ ਨਾਲ ਬੱਚਿਆਂ ਦੀ ਗਿਣਤੀ ਦਾ ਗ੍ਰਾਫ ਬਣਾ ਜਦੋਂ ਅਸੀਂ ਚੱਕਰ ਦੇ ਘੇਰੇ ਤੇ ਬਣਿਆ ਕੋਣ ਚੱਕਰ ਦੇ ਕੇਂਦਰ ਤੇ ਬਣੇ ਕੋਣ ਦੇ ਉੱਤੇ ਰੱਖਿਆ ਤਾਂ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਚੱਕਰ ਦੇ ਘੇਰੇ ਤੇ ਬਣਿਆ ਕੋਣ ਚੱਕਰ ਦੇ ਕੇਂਦਰ ਤੇ ਬਣੇ ਕੋਣ ਤੋਂ ਦਿਖਾਇਆ ਵੀ ਆਹ ਚੱਕਰ ਬਣ ਗਿਆ ਸਾਰੀਆਂ ਸਾਰੀਆਂ ਕਿਰਤੀਆਂ ਮਨੁੱਖ ਦੇ ਵਿੱਚ ਨੇ ਇਹਦੇ ਵਿੱਚ ਨੇ ਆਪਾਂ ਲੱਭਣੀਆਂ ਪੈਣੀਆਂ ਮਨੁੱਖ ਦੇ ਵਿੱਚ ਧਨਾਤਮਕ ਅਤੇ ਐਕਸ ਨਿਰਾਤਮਕ ਹੁੰਦੀ ਹੈ ਤੀਸਰੀ ਵਿੱਚ ਦੋਨੇ ਰਿਣਾਤਮਕ ਹਨ ਅਤੇ ਚੌਥੀ ਵਿੱਚ ਐਕਸ ਧਨਾਤਮਕ ਅਤੇ ਵਾਈ ਰਿਣਾਤਮਕ ਸਿਲੈਂਡਰ ਕਹਿੰਦੇ ਨੇ
ਨੰਬਰ ਕਿੰਨੇ ਕਿਦਾ ਹੁੰਦਾ ਹਾਂ ਜੀ ਬਸ ਆਏ ਹੁਣ ਸਿੱਖਿਆ ਸਰੀਰ ਕਾਇਮ ਸਰ ਲਿਖੋ ਜੀ ਚਲੋ ਲਿਖ ਦਿਓ ਦੋ ਗਾੜੀ ਪੈ ਗਿਆ ਵਧੀਆ ਸੀ ਯਾਰ ਠੀਕ ਆ ਪਤਾ ਹੀ ਲੱਗਿਆ ਮੈਂ ਤਾਂ ਨਹੀਂ ਚਲੋ ਕੁਛ ਗੱਲਾਂ ਦਾ ਪਤਾ ਲੱਗਿਆ ਚੱਲ ਇੱਥੇ ਦੇਖਦੀ ਭਾਈ ਮੇਰਾ ਦੇਖਦੀ ਸਾਇਨ ਕਰ ਦਿਓ।